ਧਿਆਨ ਦੇ ਕੇ ਸਰਵਣ ਕਰੇ ਤੇ ਸਾਡੀ ਖਾਤਰ ਕਹਿੰਦੇ ਕਰੇ। ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਿਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਪੇ ਨਾ ਚਲੇ, ਸਿੰਘੋ ਕੀ ਸਰਨਤ ਕਾ ਪੌਦਾ ਲਗਾ ਚਲੇ, ਗੱਦੀ ਸੇ ਤਖਤ ਤਾਜ ਅਬ ਕੌਮ ਪਾਏਗੀ, ਦੁਨੀਆ ਸੇ ਜ਼ਾਲਮ ਦੀ ਨਿਸ਼ਾ ਤੱਕ ਪਟਾਏਗੀ, ਉਹ ਸਾਡੇ ਵਾਸ ਸਾਡੀ ਕੌਮ ਜ਼ਾਲਮਾਂ ਦਾ ਨਾਮ ਨਿਸ਼ਾਨ ਵੇਖ ਕੇ ਰੱਖ ਦੇਵੇ। ਦੋਨਾਂ ਨੂੰ ਸ਼ਹੀਦ ਕੀਤਾ ਗਿਆ। ਟੋਡਰ ਮੱਲ ਨੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਦਾ ਮੋਹਰਾ ਵਿਛਾ ਕੇ ਧਰਤੀ ਫੇਰ ਕੇ ਅਤੇ ਸੰਸਕਾਰ ਕੀਤਾ। ਮੈਂ ਇੱਕ ਨਿਕਾ ਜਿਹਾ ਬਚਨ ਕਹਿ ਕੇ ਸਮਾਪਤ ਕਰ ਲਵਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਇੱਕ ਗੱਲ ਕਹੀ। ਔਰੰਗਜ਼ੇਬ ਮਸਾ ਤੋਂ ਕਿਤੇ ਸੋਚ ਇੱਕ ਸ਼ੇਰ ਦੇ ਚਾਰ ਬੱਚੇ ਧੋਖੇ ਦੇ ਨਾਲ ਕਤਲ ਕਰਕੇ ਤੂੰ ਜਿੱਤ ਗਿਆ ਹੋਵੇ, ਪਤਾ ਸੀ ਇੱਕ ਸ਼ੇਰ ਦੇ ਚਾਰ ਬੱਚੇ ਧੋਖੇ ਦੇ ਨਾਲ ਕਤਲ ਕਰਕੇ ਤੂੰ ਜਿੱਤ ਗਿਆ ਹੋਵੇ ਦਾ ਸੱਚ ਜਾਣੀ ਇਹ ਚਾਰ ਜਿਨ੍ਹਾਂ ਨੂੰ ਤੂੰ ਬੁਝਾ ਦਿੱਤਾ ਹੈ ਅਜੇ ਕੁੰਡਲੀਆ ਸੱਪ ਮੇਰਾ ਖਾਲਸਾ ਅਜੇ ਜਿੰਦਾ। ਦੇਖੋ ਸਾਨੂੰ ਆਖਿਆ ਸਾਨੂੰ ਇਹ ਕੁੰਡਲੀਆ ਸੱਪ ਮੇਰਾ ਖਾਲਸਾ ਅਜੇ ਜਿੰਦਾ ਹੈ। ਉੱਥੇ ਗੁਰੂ ਨੇ ਬਚਨ ਕਹਿ ਸੀ ਚੇਹਾ ਸ਼ੁੱਧ ਕੀ ਹੋਇਆ, ਚੇਹਾ ਸ਼ੁੱਧ ਤੇਜੂ ਬਚਦਾ ਕੁਸਤਾ ਚਾਰ ਤੇ ਬਾਕੀ ਬਮਾਰ ਬੇਜੀ ਦੇ ਮਾਰ, ਅਜੇ ਮੇਰਾ ਕੁੰਡਲੀਆ ਸੱਪ ਖਾਲਸਾ ਜਿੰਦਾ। ਤੇ ਜਦੋਂ ਮਾਤਾਵਾਂ ਨੇ ਆਣ ਕੇ ਕਦੇ ਪੁੱਛਿਆ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਆਖਿਆ ਕਿ ਸਹਿਬਜ਼ਾਦੇ ਕਿੱਥੇ ਹੈ, ਗੁਰੂ ਨੇ ਆਖਿਆ ਮੈਂ ਵਾਰ ਦਿੱਤੇ। ਆਖਿਆ ਵਾਰ ਕਿਹਦੇ ਨੂੰ ਦਿੱਤੇ, ਵਾਰ ਤੋਂ ਭਾਵ ਹੁੰਦਾ ਜਿਹੜੀ ਬਹੁਤੀ ਪਿਆਰੀ ਚੀਜ਼ ਹੋਵੇ ਉਹਦੇ ਤੋਂ ਛੋਟੀਆਂ ਛੋਟੀਆਂ ਚੀਜ਼ਾਂ ਵਾਰ ਦਿੱਤੀਆਂ ਜਾਂਦੀਆਂ ਨੇ। ਤੁਸੀਂ ਵੇਖਦੇ ਹੋ ਨਾ ਘਰ ਦੇ ਵਿੱਚ ਬੱਚੇ ਦਾ ਵਿਆਹ ਹੋਵੇ ਮਾਤਾ ਪਿਤਾ ਹਜ਼ਾਰਾਂ ਰੁਪਈਏ ਉਹਨਾਂ ਦੀ ਵਾਰ ਦਿੰਦੇ ਨੇ, ਕਿਉਂ ਸਾਨੂੰ ਪੁੱਤਰ ਬੜਾ ਪਿਆਰਾ, ਪਿਆਰੀ ਚੀਜ਼ ਤੋਂ ਮਾਇਆ ਛੋਟੀ ਹੈ ਤਾਂ ਕਰਕੇ ਵਾਰ, ਪਿਆਰੀ ਚੀਜ਼ ਤੋਂ ਮਾਇਆ ਛੋਟੀ ਤਾਂ ਵਾਰ। ਗੁਰੂ ਕਹਿੰਦਾ ਹੈ ਮੈਂ ਵਾਰ ਦਿੱਤੇ। ਮਾਤਾ ਮਾਤਾਵਾਂ ਨੇ ਆਖਿਆ ਕਹਿਣਗੇ ਇਹਦੀ ਪੁੱਤਰਾਂ ਤੋਂ ਪਿਆਰੀ ਕਿਹੜੀ ਚੀਜ਼ ਹੈ ਜਿਹਦੇ ਨੂੰ ਜਿਹਦੇ ਨੂੰ ਤੂੰ ਪੁੱਤਰ ਵਾਰ ਦਿੰਦੇ। ਤੇ ਗੁਰੂ ਨੇ ਸਾਡੇ ਵੱਲ ਨੂੰ ਸਿੱਖੋ ਕਦੇ ਆਪਣੇ ਵੱਲ ਨੂੰ ਹੱਥ ਕਰਕੇ ਸੋਚੋ ਦੇ ਸਹੀ ਸਾਡੇ ਵੱਲ ਨੂੰ ਹੱਥ ਕਰਕੇ ਆਖਿਆ ਸੀ ਇਹਨਾਂ ਪੁੱਤਰਾਂਗੇ ਸੀਸ ਪੇ ਵਾਰ ਦੇ ਸੁਣ ਚਾਰ ਚਾਰ ਹੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ, ਕਿਆ ਮੈਂ ਇਹਨਾਂ ਦੀ ਖਾਤਰ ਚਾਰ ਵਾਰੇ ਇਹਨਾਂ ਦੇ ਵਿੱਚੋਂ ਮੈਂ ਬਾਬਾ ਅਜੀਤ ਸਿੰਘ ਨੂੰ ਵੇਖ ਲਵਾਂਗਾ, ਇਹਨਾਂ ਦੇ ਵਿੱਚੋਂ ਮੈਂ ਜੁਝਾਰ ਸਿੰਘ ਨੂੰ ਵੇਖ ਲਵਾਂਗਾ। ਜਦੋਂ ਆਪਣੇ ਪੁੱਤਰਾਂ ਨੂੰ ਕਿਤੇ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਨਾ ਤੇ ਇਹ ਨਾ ਸਮਝਿਆ ਕਰੋ ਕਿ ਸਾਡੇ ਪੁੱਤਰ ਨੇ, ਇਹ ਕਿਹਾ ਕਰੋ ਤਲਗੀਧਰ ਸਾਹਿਬ ਦੇ ਪੁੱਤਰ ਹੈ ਤੇ ਸੱਚਮੁੱਚ ਉਹਨਾਂ ਦੇ ਸਿਰਾਂ ਤੇ ਸੋਹਣੀਆਂ ਸੋਹਣੀਆਂ ਦਸਤਾਰਾਂ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਸਰੂਪ ਉਹ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਨਾਲ ਰਲਣਾ ਚਾਹੀਦਾ ਹੈ। ਤਾਂ ਗੁਰੂ ਸਾਡੇ ਵਿੱਚੋਂ ਵੇਖਦਾ ਹੈ ਸਤਿਗੁਰੂ ਸਾਹਿਬ ਕਿਰਪਾ ਕਰ ਉਹਨਾਂ ਦੇ ਪਾਏ ਹੋਏ ਪੂਰਿਆਂ ਦੇ ਉੱਪਰ ਚੜ ਸਕੀਏ। ਫੈਜ਼ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ। ਫੈਜ਼ ਕਹਿੰਦਾ ਹੈ ਮਾਨਾਂ ਦੇ ਸਾਰਿਆਂ ਦੀ ਇਹ ਤਕਸ ਕਿਹਾ ਗਿਆ, ਉਹ ਕਹਿੰਦਾ ਹੈ ਜਾਨ ਤੋਂ ਆਨੀ ਜਾਣੀ ਹੈ, ਇਸ ਜਾਨ ਦੀ ਕੋਈ